ਪੰਜਾਬ ਦੇ ਮੰਤਰੀ ਆਰ ਕੇ ਸਿੰਘ ਪਟਿਆਲਾ ਦੌਰੇ ਤੇ ਸੀਗੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਟਿਆਲਾ ਵਿਖੇ ਹਰੇਕ ਵਰਗ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉੱਥੇ ਹੀ ਆਪਣੀ ਕੋਰ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਅਤੇ ਹਾਲ ਹੀ ਦੇ ਵਿੱਚ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੇ ਵੀ ਕੇਂਦਰੀ ਮੰਤਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਬਿਜਲੀ ਮਾਮਲੇ ਤੇ ਬੋਲਿਆ ਕਿ ਪੰਜਾਬ ਸਰਕਾਰ ਚਾਹੇ ਤਾਂ ਸਭ ਨੂੰ ਮੁਫ਼ਤ ਵਿੱਚ ਬਿਜਲੀ ਦੇ ਸਕਦੀ ਹੈ, ਪਰ ਬਿਜਲੀ ਮੁਫ਼ਤ ਨਹੀਂ ਹੈ ਕਿਉਂਕਿ ਕੋਲੇ ਦਾ ਭੁਗਤਾਨ ਕਰਨ ਤੋਂ ਕਾਫ਼ੀ ਖਰਚਾ ਬਿਜਲੀ ਤੇ ਪੈਂਦਾ ਹੈ, ਜਿਸ ਕਰਕੇ ਬਿਜਲੀ ਮੁਫ਼ਤ ਨਹੀਂ ਹੈ। ਪਰ ਸੂਬਾ ਸਰਕਾਰਾਂ ਨੂੰ ਅਧਿਕਾਰ ਹੈ ਕਿ ਉਹ ਬਿਜਲੀ ਮੁਫ਼ਤ ਦੇ ਸਕਦੀ ਹੈ, ਪਰ ਸਰਕਾਰ ਨੂੰ ਇਸਦਾ ਭੁਗਤਾਨ ਵੀ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਕੋਲੇ ਦੀ ਬਹੁਤ ਕਮੀ ਹੈ, ਪਰ ਪੰਜਾਬ ਵਿੱਚ ਬਾਕੀ ਸੂਬਿਆਂ ਨਾਲੋਂ ਕੋਲੇ ਦਾ ਜ਼ਿਆਦਾ ਸਟਾਕ ਮੁਹੱਈਆ ਕਰਵਾਇਆ ਜਾ ਰਿਹਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਹੂਲਤ ਤਾਂ ਦੇ ਰਹੇ ਨੇ, ਪਰ ਕਿਤੇ ਇਹ ਨਾ ਹੋਵੇ ਕਿ ਸ਼੍ਰੀਲੰਕਾ ਵਰਗੇ ਹਾਲਾਤ ਸੂਬੇ ਦੇ ਬਣ ਜਾਣ। ਉੱਥੇ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਿੰਨੇ ਵੀ ਲੋਕ ਬੀਜੇਪੀ ਦੇ ਵਿੱਚ ਆਉਂਦੇ ਨੇ ਉਨੀ ਹੀ ਪਾਰਟੀ ਵੱਡੀ ਹੋਵੇਗੀ ਅਤੇ ਉਹਨਾਂ ਦੇ ਆਉਣ ਨਾਲ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਜ਼ਬੂਤੀ ਮਿਲੇਗੀ। ਸਮਾਜ ਕੇ ਵਿਭਿੰਨ ਵਰਗੋਂ ਸੇ ਮੁਲਾਕਾਤ ਹੋਈ, ਇੰਡਸਟਰੀ ਸੇ ਮੁਲਾਕਾਤ ਹੋਈ ਕੱਲ ਸ਼ਾਮ, ਤੋ ਉਦਯੋਗ ਕੇ ਸਥਿਤੀ ਕੇ ਬਾਰੇ ਮੇਂ, ਉਨਕੀ ਕਿਆ ਕਠਿਨਾਈਆਂ ਹੈ ਇਸਕੇ ਸੰਬੰਧ ਮੇਂ ਚਰਚਾ ਹੋਈ। ਉਸਕੇ ਬਾਅਦ ਫਿਰ ਹਮ ਆਜ ਹਮਾਰਾ ਜੋ ਪਾਰਲੀਮੈਂਟਰੀ ਕੰਸਟੀਟੂਐਂਸੀ ਕੇ ਜੋ ਕੋਰ ਕਮੇਟੀ ਹੈ ਉਸਸੇ ਮੁਲਾਕਾਤ ਹੋਈ, ਜੋ ਅਸੈਂਬਲੀ ਕੰਸਟੀਟੂਐਂਸੀਜ਼ ਕੇ ਜੋ ਕੋਰ ਕਮੇਟੀ ਹੈ ਉਨਸੇ ਮੁਲਾਕਾਤ ਹੋਈ, ਜੋ ਹਮਾਰੇ ਮੰਚ ਮੋਰਚਾ ਕੇ ਜਿਤਨੇ ਅਧਿਅਕਸ਼ ਹੈ ਉਨਸੇ ਮੁਲਾਕਾਤ ਹੋਈ, ਜ਼ਿਲ੍ਹਾ ਪ੍ਰਸ਼ਾਸਨ ਕੇ ਸਾਥ ਕੇਂਦਰੀ ਯੋਜਨਾਓਂ ਪਰ ਚਰਚਾ ਹੋਈ, ਸਮੀਕਸ਼ਾ ਹੋਈ, ਔਰ ਅਭੀ ਇੰਟਲੈਕਚੁਅਲ ਕੇ ਸਾਥ ਬਾਤਚੀਤ ਹੋਈ। ਇਹ ਸਰਕਾਰ ਪਰ ਨਿਰਭਰ ਹੈ, ਸਰਕਾਰ ਚਾਹੇ ਤੋ ਸਬਕੋ ਮੁਫ਼ਤ ਦੇ ਦੇ, ਕੋਈ ਆਪੱਤੀ ਨਹੀਂ, ਰਾਜ ਸਰਕਾਰ ਕੋ ਅਧਿਕਾਰ ਵੀ ਹੈ, ਦੇਣਾ ਚਾਹਤੀ ਹੈ ਦੇ, ਲੇਕਿਨ ਬਿਜਲੀ ਮੁਫ਼ਤ ਹੈ ਨਹੀਂ, ਬਿਜਲੀ ਮੁਫ਼ਤ ਨਹੀਂ ਹੋਤਾ ਹੈ, ਇਸ ਲਈ ਕਿ ਕੋਇਲੇ ਕਾ ਭੁਗਤਾਨ ਕਰਨਾ ਪੜਤਾ ਹੈ। ਅਬ ਜੈਸੇ ਪੰਜਾਬ ਜੋ ਬਿਜਲੀ ਲੇਤੀ ਹੈ ਉਸਮੇ ਸੇ ਕਰੀਬ 4,500 ਮੈਗਾਵਾਟ ਬਾਹਰ ਸੇ ਲੇਤੀ ਹੈ, ਮਤਲਬ ਹਮਾਰੇ NTPC ਵਗੈਰ ਸੇ ਲੇਤੀ ਹੈ, ਤੋ NTPC ਬਿਜਲੀ ਬਣਾਤਾ ਹੈ ਤੋ ਉਸ ਕੋਇਲਾ ਕਾ ਭੁਗਤਾਨ ਕਰਨਾ ਪੜਤਾ ਹੈ, ਰੇਲਵੇਜ਼ ਕਾ ਭੁਗਤਾਨ ਕਰਨਾ ਪੜਤਾ ਹੈ ਕਿਉਂਕਿ ਕੋਇਲਾ ਵਹਾਂ ਸੇ ਲਾਨਾ ਪੜਤਾ ਹੈ, ਛੱਤੀਸਗੜ੍ਹ ਸੇ ਝਾਰਖੰਡ ਸੇ ਯਹਾਂ ਲਾਨਾ ਪੜਤਾ ਹੈ, ਯਾ ਜਹਾਂ ਵੀ NTPC ਬਿਜਲੀ ਬਣਾਤਾ ਹੈ ਵਹਾਂ ਲੈ ਜਾਣਾ ਪੜਤਾ ਹੈ, ਆਪਣੇ ਮਜ਼ਦੂਰੋਂ ਕੋ ਭੁਗਤਾਨ ਕਰਨਾ ਪੜਤਾ ਹੈ, ਤੋ ਬਿਜਲੀ ਫ੍ਰੀ ਨਹੀਂ। ਤੋ ਅਗਰ ਰਾਜ ਸਰਕਾਰ ਚਾਹਤੀ ਹੈ ਕਿਸੇ ਕੋ ਮੁਫ਼ਤ ਦੇਣਾ ਇਕਦਮ ਦੇ ਦੇ, ਲੇਕਿਨ ਉਸਕਾ ਭੁਗਤਾਨ ਫਿਰ ਰਾਜ ਸਰਕਾਰ ਆਪਣੇ ਨਿਧੀ ਸੇ ਕਰੇ, ਮੋਟਾ ਮੋਟੀ ਇਹੀ ਹੈ ਸਥਿਤੀ। ਔਰ ਅਭੀ ਓਵਰਆਲ ਜੋ ਪੋਜੀਸ਼ਨ ਹੈ ਭਾਰਤ ਸਰਕਾਰ ਕਾ, ਭਾਰਤ ਸਰਕਾਰ ਪੂਰੇ ਭਾਰਤ ਮੇਂ ਬਿਜਲੀ ਕੇ ਮਦ ਮੇਂ ਕਰੀਬ 1,13,000 ਕਰੋੜ ਕਾ ਭੁਗਤਾਨ ਨਹੀਂ ਹੁਆ ਹੈ, ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਜੋ ਬਿਜਲੀ ਲੀ ਹੈ ਉਸਮੇਂ ਸੇ 1,13,000 ਕਰੋੜ ਕਾ ਭੁਗਤਾਨ ਨਹੀਂ ਹੁਆ ਹੈ। ਕਿਉਂ ਨਹੀਂ ਹੁਆ ਹੈ? ਇਸ ਲਈ ਕਿ ਰਾਜ ਸਰਕਾਰੋਂ ਨੇ ਆਪਣੇ ਡਿਸਟ੍ਰੀਬਿਊਸ਼ਨ ਕੰਪਨੀਓਂ ਕੋ 1,35,000 ਕਾ ਭੁਗਤਾਨ ਕਰਨਾ ਹੈ, ਜਿਸਮੇਂ ਸੇ ਕਿ 76,000 ਕਰੋੜ ਜੋ ਸਬਸਿਡੀ ਰਾਜ ਸਰਕਾਰੋਂ ਨੇ ਘੋਸ਼ਣਾ ਕੀ ਉਸਕਾ ਪੈਸਾ ਨਹੀਂ ਦਿਆ, ਵੋ ਹੈ ਵਹੀ ਹੋ ਜਾਏਗੀ ਜੋ ਕਿ ਸ਼੍ਰੀਲੰਕਾ ਕੀ ਹੈ, ਹੈ ਨਾ? ਤੋ ਇਹ ਆਪਕੋ ਸਬਕੋ ਫ੍ਰੀ ਦੇਣਾ ਹੈ, ਸਬਕੋ ਫ੍ਰੀ ਦੇ ਦੀਜੀਏ, ਲੇਕਿਨ ਬਿਜਲੀ ਕਾ ਭੁਗਤਾਨ ਕਰ ਦੋ। ਅਬ ਜਹਾਂ ਪੰਜਾਬ ਕਾ ਸਵਾਲ ਹੈ, ਪੰਜਾਬ ਕੀ ਸਥਿਤੀ ਇਹ ਹੈ ਕਿ ਇਸਕਾ 21-22 ਕਾ ਮੈਂ ਆਂਕੜੇ ਦੇ ਰਹਾ ਹੂੰ, 21-22 ਮੇਂ ਇਸਕਾ ਕੁੱਲ ਜੋ ਰੇਵਨਿਊ ਰਿਸੀਟ ਥਾ ਕੁੱਲ ਮਿਲਾ ਕੇ 81,000 ਕਰੋੜ ਥਾ, ਯਾਨੀ ਕੁੱਲ ਆਮਦਨੀ ਪੰਜਾਬ ਕਾ 81,000 ਕਰੋੜ, ਉਸਮੇਂ ਸੇ 37,000 ਕਰੋੜ ਕੇਂਦਰ ਸਰਕਾਰ ਕੇ ਜੋ ਟੈਕਸ ਕਾ ਹਿੱਸਾ ਹੈ ਵੋ ਆ ਕੇਂਦਰ ਸਰਕਾਰ ਕਾ ਗ੍ਰਾਂਟ ਹੈ, ਕਰੀਬ 38,000 ਕਰੋੜ ਉਨਕਾ ਆਪਣਾ ਰੇਵਨਿਊ ਹੈ, ਤੋ 75,000 ਹੋ ਗਏ, ਆ 5,000 ਕਰੋੜ ਕੁਛ ਔਰ ਆਤਾ ਹੈ ਯੇ ਐਕਸਾਈਜ਼ ਸੇ 81,000 ਕਰੋੜ। ਇਨਕਾ ਖਰਚਾ ਜੋ ਹੈ ਸਿਰਫ ਰੇਵਨਿਊ ਐਕਸਪੈਂਡੀਚਰ, ਯਾਨੀ ਕਿ ਵੇਤਨ ਪਰ, ਕਰਮਚਾਰੀਓਂ ਕੇ ਵੇਤਨ ਪਰ, ਕਰਮਚਾਰੀਓਂ ਕੇ ਪੈਨਸ਼ਨ ਪਰ, ਜੋ ਲੋਨ ਲਿਆ ਪਹਿਲੇ ਉਸਕੇ ਇੰਟਰੈਸਟ ਕੇ ਭੁਗਤਾਨ ਪਰ, ਸੂਦ ਕੇ ਭੁਗਤਾਨ ਪਰ, ਜੋ ਲੋਨ ਲਿਆ ਪਹਿਲੇ ਉਸਕੇ ਇੰਸਟਾਲਮੈਂਟ ਕੇ ਕਿਸ਼ਤ ਕੇ ਭੁਗਤਾਨ ਪਰ, ਕੁੱਲ ਮਿਲਾ ਕੇ 85,000 ਕਰੋੜ ਹੈ, ਯਾਨੀ ਕਿ 81,000 ਕਰੋੜ ਕਾ ਇਨਕਮ 85,000 ਕਰੋੜ ਇਸੀ ਮੇਂ ਚਲਾ ਗਿਆ, ਯਾਨੀ ਕਿ -4,000 ਕਰੋੜ, ਬਾਕੀ ਜੋ ਖਰਚਾ ਹੈ ਚਾਹੇ ਜੋ ਵੀ ਉਨਕਾ ਯੋਜਨਾ ਚੱਲ ਰਹਾ ਹੈ ਉਸਕੇ ਲੀਏ
आज जो सब्सिडी देते हैं उसके लिए इनको लोन लेना पड़ रहा है। इन्होंने 21-22 में 46,000 करोड़ का लोन लिया, 46,000 करोड़, जिसमें से कि योजना में गया सिर्फ 10,000 करोड़, अब बाकी गया इसी सब तरह में 19,000 करोड़ सब्सिडी बिजली का। तो आपके पास पैसा है तो सब्सिडी दीजिए सब्सिडी साहब, पैसा नहीं है तो कर्जा लेकर के आप ये खर्च कर रहे हैं, ये आप पर है और जनता के बीच में, वो आपके और जनता के बीच में, मैं नहीं जानता, आप जाने जनता जाने, लेकिन जनता को आप जवाब दीजिए कि आप कर्जा लेकर के ये दे रहे हैं सत्ता में आने के लिए, उस कर्जा का भुगतान कैसे होगा, और नहीं भुगतान होगा तो आगे अंधकार होगा कि नहीं होगा, ये जनता को आप जवाब दीजिए। और ये आपके और जनता के बीच में है कि आप कितना मुफ्त बिजली देना चाहते हैं आप दीजिए।